ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ ਪ੍ਰਦੀਪ ਅਤੇ ਤੁਸੀਂ ਦੇਖ ਰਹੇ ਹੋ ਪ੍ਰਦੀਪ ਵਲੌਗਸ। ਅਤੇ ਅੱਜ ਦੀ ਆਪਣੀ ਵੀਡੀਓ ਹੈਗੀ ਆ ਦੁਬਾਰਾ ਬੁਲਟ ਦੇ ਉੱਪਰ। ਅਤੇ ਅਗਲੀ ਵੀਡੀਓ ਆਪਾਂ ਦੱਸਦੇ ਹਾਂ ਤੁਹਾਨੂੰ ਕਦੋਂ ਲੈ ਕੇ ਆਉਂਦੇ ਹਾਂ, ਪਰ ਅੱਜ ਦੀ ਵੀਡੀਓ ਆਪਣੀ ਹੈਗੀ ਆ ਬੁਲਟ ਦੇ ਉੱਪਰ। ਮੈਨੂੰ ਕਾਫੀ ਜ਼ਿਆਦਾ ਜਾਣਿਆਂ ਦੇ ਕਮੈਂਟ ਆਉਂਦੇ ਨੇ ਵੀ ਆਹ ਕੀ ਚੀਜ਼ ਆ ਬਈ, ਆਹ ਬੇਕਾਰ ਚੀਜ਼ ਕੀ ਆ, ਆਹ ਵਧੀਆ ਚੀਜ਼ ਕੀ ਆ, ਕਿੰਨੇ ਦੀ ਲਵਾਈ ਆ, ਕਿੱਥੋਂ ਲਵਾਈ ਆ, ਵਗੈਰਾ ਵਗੈਰਾ ਵਗੈਰਾ। ਅਤੇ ਇਹ ਚੀਜ਼ ਮੈਂ ਤੁਹਾਨੂੰ ਅੱਜ ਦੀ ਵੀਡੀਓ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਇਹੀ ਕੁਝ ਦੱਸੂੰਗਾ। ਅਤੇ ਵੀਡੀਓ ਆਖਰ ਤੱਕ ਜ਼ਰੂਰ ਦੇਖਿਓ, ਠੀਕ ਆ। ਅਤੇ ਪਰ ਉਸ ਤੋਂ ਪਹਿਲਾਂ ਜਿਹਨੇ ਮੈਨੂੰ ਹਾਲੇ ਤੱਕ ਇੰਸਟਾਗ੍ਰਾਮ 'ਤੇ ਫੋਲੋ ਨਹੀਂ ਕਰਿਆ ਤਾਂ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦਾ। ਮੇਰੀ ਆਈਡੀ ਹੈਗੀ ਆ ਪ੍ਰਦੀਪ ਅੰਡਰਸਕੋਰ ਵਲੌਗ, ਜੋ ਉੱਪਰ ਲਿਖ ਵੀ ਆਉਂਦੀ ਹੋਊਗੀ ਅਤੇ ਉਰੇ ਵੀ ਲਿਖੀ ਆਉਂਦੀ ਆ, ਅਤੇ ਜਾ ਕੇ ਫੋਲੋ ਕਰ ਲਿਓ ਅਤੇ ਮੈਸੇਜ ਵੀ ਕਰ ਸਕਦੇ ਜੇ ਤੁਹਾਨੂੰ ਕੋਈ ਚੀਜ਼ ਹੋਰ ਬਾਰੇ ਚੀਜ਼ ਬਾਰੇ ਪੁੱਛਣਾ। ਮੈਨੂੰ ਕਾਫੀ ਹੋਰ ਵੀ ਕਮੈਂਟ ਆਉਂਦੇ ਵੀ ਆਹ ਚੀਜ਼ ਐਕਣਾ, ਆਹ ਚੀਜ਼ ਐਕਣਾ, ਵਿਕਰੀ ਪ੍ਰੋਬਲਮ ਜਾਂ ਸਾਰੇ ਮੈਨੂੰ ਮੈਸੇਜ ਆਉਂਦੇ ਅਤੇ ਮੈਂ ਸਾਰਿਆਂ ਦੇ ਹਰ ਇੱਕ ਦਾ ਰਿਪਲਾਈ ਕਰ ਦਿੰਦਾ। ਅਤੇ ਬਾਕੀ ਤੁਸੀਂ ਮੈਨੂੰ ਫੋਲੋ ਜਾਂ ਮੈਸੇਜ ਕਰ ਸਕਦੇ ਜੇ ਤੁਹਾਨੂੰ ਕੋਈ ਡਾਊਟ ਹੈਗਾ ਤਾਂ। ਕੋਈ ਧੱਕੇ ਨਾਲ ਫੋਲੋ ਨਹੀਂ ਕਰਨ ਨੂੰ ਕਹਿੰਦਾ ਮੈਂ, ਅਤੇ ਤੁਹਾਡਾ ਨਹੀਂ ਜੀ ਕਰਦਾ ਫੋਲੋ ਕਰਨ ਤਾਂ ਨਾ ਕਰੀ। ਅਤੇ ਮੈਂ ਇੱਕ ਗੱਲ ਦੀ ਮਾਫੀ ਚਾਹੁੰਦਾ ਜੇ ਤੁਹਾਨੂੰ ਜੇ ਤੁਹਾਨੂੰ ਮਾਈਕ ਦੇ ਵਿੱਚ ਹਵਾ ਜੀ ਪੈਂਦੀ ਹੋਵੇ, ਕਿਉਂਕਿ ਥੋੜ੍ਹੀ ਜਿਹੀ ਹਵਾ ਚੱਲ ਰਹੀ ਆ, ਦੋ ਤਿੰਨ ਦਿਨ ਦਾ ਮੌਸਮ ਹੈ ਜਿਹਾ ਹੀ ਚੱਲ ਰਿਹਾ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਇਹ ਕੀ ਚੀਜ਼ ਆ। ਇਹਨੂੰ ਕਈ ਲੋਕ ਇੰਜਨ ਗਾਰਡ ਕਹਿੰਦੇ ਨੇ, ਅਤੇ ਮੈਨੂੰ ਲੱਗਦਾ ਇਹਨੂੰ ਪਤਾ ਨਹੀਂ ਕੀ ਕਹਿੰਦਾ ਸੀ, ਉਹਨੇ ਸਕੰਪ ਇਹੋ ਜਿਹਾ ਕੁਛ ਸੀਗਾ, ਸਕੰਪ ਗਾਰਡ ਇਹੋ ਜਿਹਾ ਕੁਛ ਕਹਿੰਦੇ ਸੀ ਇਹਨੂੰ। ਅਤੇ ਤੁਹਾਨੂੰ ਦੱਸਾਂ ਮੈਂ, ਇਹ ਹੈਗਾ ਰੋਇਲ ਇਨਫੀਲਡ ਦਾ ਓਰੀਜਨਲ। ਤੁਹਾਨੂੰ ਦਿਖਾਉਣਾ ਮੈਂ ਚੱਪਲੀ ਨਾਲ ਸਾਫ ਕਰਕੇ। ਜੇ ਭੁੱਲ ਕੇ ਵੀ ਇਹਨੂੰ ਲੱਗ ਗਿਆ ਨਾ ਆਹ ਚੀਜ਼ ਨੂੰ, ਇਹਨੂੰ ਤਾਂ ਚੰਗੇ ਆਣਾ ਖੜਾ ਹੁੰਦਾ ਹੁੰਦਾ ਹੈ। ਤੁਸੀਂ ਦੇਖ ਸਕਦੇ ਹੋ ਸ਼ਾਇਦ ਤੁਹਾਨੂੰ ਹਲਕਾ ਜਿਹਾ ਦੇਖੋ ਆਰ ਈ ਲਿਖੇ ਦਿੰਦਾ ਨਾ, ਇਹਦਾ ਮਤਲਬ ਕਿ ਇਹ ਰੋਇਲ ਇਨਫੀਲਡ ਦਾ ਲੋਗੋ ਆ। ਅਤੇ ਓਰੀਜਨਲ ਆ, ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਤਕੜਾ ਚੀਜ਼ ਹੈ, ਹਲਕੀ ਕੁਆਲਿਟੀ ਦਾ ਨਹੀਂ ਹੈਗਾ, ਕਾਫੀ ਜ਼ਿਆਦਾ ਵਧੀਆ। ਅਤੇ ਇਹ ਤੁਸੀਂ ਦੇਖ ਸਕਦੇ ਹੋ ਇੱਥੋਂ ਤੋਂ ਲੈ ਕੇ ਪੂਰਾ ਇੱਥੇ ਤੱਕ ਥੱਲੇ ਤੱਕ ਦੇਖੋ ਤੁਸੀਂ, ਅਤੇ ਪੂਰਾ ਵਧੀਆ ਚੀਜ਼ ਆ। ਅਤੇ ਕਿ ਮਾੜੀ ਚੀਜ਼ ਆ, ਜੇ ਤੁਹਾਨੂੰ ਮੈਂ ਦੱਸਦਾ ਵੀ ਤੁਹਾਨੂੰ ਇਹ ਲਵਾਉਣਾ ਚਾਹੀਦਾ ਕਿ ਨਹੀਂ ਲਵਾਉਣਾ ਚਾਹੀਦਾ। ਪਹਿਲੀ ਗੱਲ ਤਾਂ ਇਹ ਤੁਹਾਨੂੰ ਮੈਂ ਸਿੱਧੀ ਗੱਲ ਦੱਸਾਂ, ਇਹਦਾ ਹੈਗਾ ਪ੍ਰਾਈਜ਼ 2600 ਰੁਪਈਆ ਜੇ ਤੁਸੀਂ ਏਜੰਸੀ 'ਚ ਲਵਾਉਂਦੇ ਹੋ। ਜੇ ਤੁਸੀਂ ਬਾਹਰੋਂ ਕਿਤੋਂ ਲਵਾਉਂਦੇ ਹੋ ਤਾਂ ਉਹ ਤੁਹਾਡੀ ਉਹ ਆ ਵੀ ਤੁਸੀਂ ਕਿਵੇਂ ਕਰਾਉਂਦੇ ਹੋ। ਅਤੇ ਇੱਕ ਮੈਨੂੰ ਚੀਜ਼ ਦੇਖੀ, ਉਹ ਇੱਥੋਂ 'ਚ ਬੈਟਰੀ ਦਿੰਦੀ ਹੈ, ਦੇਖੋ ਪਿੱਛੇ ਦੀ, ਮੈਂ ਤਾਂ ਅੱਜ ਦੇਖੀ ਉਹ ਬੈਟਰੀ ਦੇਖਦੀ ਆ, ਇੰਨਾ ਕਦੇ ਬਹਿ ਕੇ ਮੋਟਰਸਾਈਕਲ ਨਹੀਂ ਦੇਖਿਆ ਕਦੇ। ਅਤੇ ਇਹ ਹੈਗਾ 2600 ਰੁਪਈਆ ਦੀ ਕੁਆਲਿਟੀ, ਦੀ ਕੁਆਲਿਟੀ ਬਹੁਤ ਵਧੀਆ। ਜੇ ਤੁਸੀਂ ਬਾਹਰੇ ਪਵਾਉਂਗੇ ਉਹ ਪਤਾ ਨਹੀਂ ਕਿਵੇਂ ਆ, ਅਤੇ ਏਜੰਸੀ ਵਾਲੇ ਥੋੜ੍ਹੇ ਜਿਹੇ ਲੁੱਟਦੇ ਵੀ ਹੁੰਦੇ ਨੇ, ਬਾਕੀ ਤੁਹਾਨੂੰ ਲੁੱਟਦੇ ਮਤਲਬ ਕਿ ਉਹ ਪੈਸੇ ਲੈਂਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਵੀ ਜਿਹੜੀ ਚੀਜ਼ ਏਜੰਸੀ 'ਚ ਮਿਲਣੀ ਆ ਉਹ ਬਾਹਰੇ ਨਹੀਂ ਮਿਲਣੀ। ਜੇ ਬਾਹਰੇ ਮਿਲੂਗੀ ਤਾਂ ਕਈ ਵਾਰ ਹਲਕੀ ਕੁਆਲਿਟੀ ਦੀ ਮਿਲ ਜਾਂਦੀ ਆ, ਅਤੇ ਕਈ ਵਾਰ ਵਧੀਆ ਕੁਆਲਿਟੀ ਦੀ ਮਿਲ ਜਾਂਦੀ ਜੇ ਆਪਾਂ ਬਾਹਰੋਂ ਵਧੀਆ ਜੈਨੂਅਨ ਜੇ ਬਾਜ਼ਾਰ ਤੋਂ ਲਈਏ। ਅਤੇ ਮੈਂ ਸਹੀ ਦੱਸਾਂ 2600 ਰੁਪਏ ਤਾਂ ਮੈਂ ਲਾਇਆ, ਇਹ ਮੈਂ ਜਾਣ ਕੇ ਨਹੀਂ ਲਾਇਆ, ਵੈਸੇ ਤਾਂ ਮੈਂ ਲਵਾਉਣਾ ਨਹੀਂ ਸੀਗਾ ਇਹ, ਪਰ ਮੈਨੂੰ ਇੱਕ ਫਾਇਦਾ ਵੀ ਪਤਾ ਲੱਗਿਆ, ਬਹੁਤ ਵਧੀਆ ਫਾਇਦਾ, ਅਤੇ ਇੱਕ ਨੁਕਸਾਨ ਵੀ ਪਤਾ ਲੱਗਿਆ, ਬਹੁਤ ਵੱਡਾ ਨੁਕਸਾਨ ਵੀ ਆਊ। ਅਤੇ ਮੈਂ ਪਤਾ ਇਹ ਲਵਾਉਣਾ ਨਹੀਂ ਸੀਗਾ, ਮੈਂ ਬੁਲਟ ਲਿਆ ਉਹ ਮੈਨੂੰ ਕਹਿੰਦੇ ਉਹ ਮੈਨੂੰ, ਅਤੇ ਜਦੋਂ ਮੈਂ ਬੁਲਟ ਨਵਾਂ ਜਾਣੀ ਕਿ ਉਦੋਂ ਜਦੋਂ ਅਸੀਂ ਲੈਣ ਗਏ, ਜਦੋਂ ਸਾਡੀ ਬੁਲਟ ਦੀ ਡਿਲੀਵਰੀ ਸੀਗੀ ਉਦੋਂ ਉਹਨਾਂ ਨੇ ਮੈਨੂੰ ਸਾਰਾ ਕੁਛ ਗਣਾਤਾ ਵੀ ਆਹ 1000 ਰੁਪਏ ਦਾ, ਆਹ 1000 ਰੁਪਏ ਦਾ, ਅਲਾਇਆ ਇਹਨਾਂ ਦੇ ਟੋਟਲ ਬਣਿਆ ਤੁਹਾਡਾ 1000 ਰੁਪਏ, ਠੀਕ ਆ। ਅਤੇ ਉਸ ਤੋਂ ਬਾਅਦ ਮੈਂ ਪੁੱਛਿਆ ਆਹ ਕਾਹਦੇ ਪੈਸੇ ਨੇ, ਉਹ ਕਹਿੰਦੇ ਇੱਕ ਲੈਗ ਗਾਰਡ ਲੱਗੂ ਇਹਦੇ ਉਰੇ, ਇੱਕ ਲੱਗੂ ਆਹ ਜਿਹੜਾ ਗਾਰਡ ਆ ਇਹ ਇੰਜਨ ਗਾਰਡ ਆਪਾਂ ਕਹਿੰਦੇ, ਚਲੋ ਮੈਨੂੰ ਹੁਣ ਕੋਈ ਪੂਰਾ ਇੰਜਨ ਗਾਰਡ ਕਹਿ ਸਕਦੇ ਹਾਂ, ਠੀਕ ਆ। ਇਹਨਾਂ ਨੇ ਦੋਨੋਂ ਚੀਜ਼ਾਂ ਗਣਾਤੀਆਂ, ਅਤੇ ਮੈਂ ਕਿਹਾ ਵੀ ਨਹੀਂ ਬਾਈ ਮੈਂ ਤਾਂ ਲੈਗ ਗਾਰਡ ਲਵਾਉਣਾ ਨਹੀਂ, ਅਤੇ ਆਹ ਚੀਜ਼ ਵੀ ਮੈਂ ਲਵਾਉਣੀ ਨਹੀਂ। ਇੱਥੇ ਤੁਹਾਨੂੰ ਦੇਖਿਆ ਹੋਊਗਾ ਜਿਨ੍ਹਾਂ ਨੇ ਨਹੀਂ ਲੱਗਿਆ ਹੁੰਦਾ, ਉਹਨੇ ਇੰਨੀ ਕੁ ਬਲੈਕ ਕਲਰ ਦਾ ਹੀ ਹੁੰਦਾ ਥੱਲੇ ਵਾਲਾ, ਅਤੇ ਉਰੇ ਕੋਈ ਨਾ ਕੋਈ ਚੀਜ਼ ਜਾਂ ਲੋਗੋ ਜਾਂ ਕੁਛ ਵੀ ਬਣਵਾ ਲੈਂਦੇ, ਜਿਵੇਂ ਕਿ ਕੈਨੇਡਾ ਦਾ ਫਲੈਗ ਜਾਂ ਕੁਛ ਹੋਰ ਜਿਹੜੀ ਚੀਜ਼ ਵਧੀਆ ਲੱਗਦੀ ਉਰੇ ਲਗਵਾ ਲੈਂਦੇ ਨੇ, ਉਹ ਜਿਹੜਾ ਚੱਲਦਾ ਮੋਟਰਸਾਈਕਲ ਆਉਂਦਾ ਨਾ ਫਿਰ ਦਿਖਦਾ ਹੁੰਦਾ ਉਹ। ਅਤੇ ਮੇਰਾ ਵੀ ਖਿਆਲ ਆਈ ਸੀ, ਮੈਂ ਟਿਕਟੋਕ ਵਗੈਰਾ ਵੀਡੀਓ 'ਤੇ ਦੇਖਿਆ ਸੀ ਥੱਲੇ ਉਰੇ ਕੁਛ ਕੁਛ ਬਣਾਇਆ ਹੁੰਦਾ, ਅਤੇ ਮੈਂ ਕਿਹਾ ਮੈਂ ਤਾਂ ਕੁਛ ਨਹੀਂ ਕਰਾਉਣਾ, ਮੈਂ ਨਾਲੇ ਮੇਰੇ ਪੈਸੇ ਬਚਣਗੇ, ਨਾਲੇ ਮੈਂ ਲੈਗ ਗਾਰਡ ਮੈਨੂੰ ਵੈਸੇ ਬਹੁਤ ਵਧੀਆ ਚੀਜ਼ ਆ, ਵੈਸੇ ਆਪਾਂ ਨੂੰ ਸੇਫ ਰੱਖਦੀ ਆ, ਪਰ ਮੈਂ ਉਦੋਂ ਲਵਾਉਣਾ ਨਹੀਂ ਸੀਗਾ ਕਿਉਂਕਿ ਮੈਨੂੰ ਵਧੀਆ ਨਹੀਂ ਲੱਗਦਾ ਲੈਗ ਗਾਰਡ ਲੱਗਾ ਬੁਲਟ 'ਤੇ, ਉਹ ਡੰਡਾ ਜਿਹਾ ਆ ਜਾਣੀ ਕਿ ਹੁੰਦਾ ਤਾਂ ਹੋਈ ਆ ਬੇਕਾਰ ਜਿਹਾ, ਮੈਨੂੰ ਦੇਖਣ ਨੂੰ ਬੇਕਾਰ ਲੱਗਦਾ ਬਸ। ਪਰ ਲੈਗ ਗਾਰਡ ਦਾ ਫਾਇਦਾ ਬਹੁਤ ਆ, ਕਿਉਂਕਿ ਜੇ ਬੁਲਟ ਡਿੱਗੂਗਾ ਤਾਂ ਇੱਕ ਤਾਂ ਆਪਣੀ ਲੱਤਾਂ ਬਚਣਗੀਆਂ ਸਭ ਤੋਂ ਮੇਨ ਗੱਲ, ਅਤੇ ਦੂਜੀ ਗੱਲ ਆਪਣੀ ਟੈਂਕੀ ਵੀ ਬਚ ਸਕਦੀ ਆ ਡੈਂਟ ਡੁੰਟ ਤੋਂ, ਬਾਕੀ ਇੰਸ਼ੋਰੈਂਸ ਤਾਂ ਆਏਗਾ। ਅਤੇ ਉਦੋਂ ਅਤੇ ਜਾਣੀ ਮੇਰੇ ਜਦੋਂ ਉਹਨਾਂ ਨੇ ਕਿਹਾ ਵੀ ਲੈਗ ਗਾਰਡ ਲਵਾਉਣਾ ਭੂ ਲਵਾ ਲਿਓ ਵਧੀਆ ਚੀਜ਼ ਆ, ਅਤੇ ਮੇਰੇ ਘਰ ਦੇ ਵੀ ਕਹਿੰਦੇ ਹਾਂ ਲੈਗ ਗਾਰਡ ਲਵਾ ਲੈਂਦੇ ਹਾਂ ਵੀ ਸੇਫਟੀ ਰਹੂ, ਅਤੇ ਮੈਂ ਕਿਹਾ ਵੀ ਨਹੀਂ ਲੈਗ ਗਾਰਡ ਲਵਾਉਣਾ ਨਹੀਂ, ਅਤੇ ਆਹ ਵੀ ਨਹੀਂ ਲਵਾਉਣਾ, ਮੈਂ ਤਾਂ ਐਂ ਕਿਹਾ ਸੀਗਾ। ਅਤੇ ਉਹ ਕਹਿੰਦੇ ਵੀ ਨਹੀਂ ਲੈਗ ਗਾਰਡ, ਜਾਂ ਫਿਰ ਤੁਹਾਨੂੰ ਇੱਕ ਚੀਜ਼ ਤਾਂ ਪੱਕੀ ਲਵਾਉਣੀ ਪਊ, ਪਤਾ ਨਹੀਂ ਕਿਉਂ ਉਹਨਾਂ ਨੇ ਸ਼ਾਇਦ ਇਹਦੇ 'ਚੋਂ ਪੈਸੇ ਕੱਢਣੇ ਹੋਣਗੇ ਜਾਂ ਕਿਵੇਂ ਕੱਢਣਾ ਉਹ ਨਹੀਂ ਮੈਨੂੰ ਕੁਛ ਵੀ ਪਤਾ, ਪਰ ਉਹ ਕਹਿੰਦੇ ਵੀ ਇੱਕ ਚੀਜ਼ ਲਵਾ ਲਓ ਜਾਂ ਤਾਂ ਲੈਗ ਗਾਰਡ ਲਵਾ ਲਓ ਜਾਂ ਲਵਾ ਲਓ ਜੇ ਤੁਸੀਂ ਇੰਨਾ ਹੀ ਕੁਛ ਕਰਦੇ ਹੋ, ਪਰ ਕਿਉਂਕਿ ਮੈਂ ਲੈਗ ਗਾਰਡ ਦਾ ਸਾਫ ਮਨਾ ਕਰਤਾ ਜੀ, ਫਿਰ ਆਪਣੇ ਕੋਲ ਇੱਕ ਆਪਸ਼ਨ ਬਚੀ ਆਹ। ਅਤੇ ਮੈਂ ਲਵਾਇਆ ਅਤੇ ਫਿਰ ਮੇਰੇ ਘਰ ਦੇ ਤਾਂ ਕਹਿੰਦੇ ਲੈਗ ਗਾਰਡ ਵੀ ਲਵਾਉਂਦੇ ਹਾਂ, ਅਤੇ ਬਾਅਦ ਜਦੋਂ ਪਤਾ ਲੱਗਿਆ ਵੀ ਪ੍ਰਾਈਜ਼ ਉਹਦਾ ਲੈਗ ਗਾਰਡ ਦਾ ਵੀ ਇੰਨਾ ਅਤੇ ਇਹਦਾ ਵੀ ਇੰਨਾ,
ਤੇ ਵੈਸੇ ਤਾਂ ਊਂ ਤਾਂ ਆਪਣੇ ਇੰਜਨ 'ਚ ਕੀ ਡੈਮੇਜ ਆਉਣਾ, ਬਾਕੀ ਬਾਕੀ ਤੁਸੀਂ ਦੇਖ ਸਕਦੇ ਹੋ ਕਾਫੀ ਵਧੀਆ ਪ੍ਰੋਟੈਕਟ ਕਰਦਾ ਹੈ। ਜਿਹੜਾ ਵਧੀਆ ਗੱਲ ਹੈ ਥੱਲੇ ਲੱਗਦਾ ਵੀ ਆ ਇਹਨੂੰ ਕਿਹੜਾ ਇੰਜਨ ਕੁਛ ਹੋਣਾ ਖਰਾਬ ਆਪਣਾ, ਇਹ ਵੀ ਹੁੰਦਾ ਨਹੀਂ ਕਿਉਂਕਿ ਕਾਫੀ ਜ਼ਿਆਦਾ ਵਧੀਆ ਕੁਆਲਿਟੀ ਦਾ ਹੈ। ਵਧੀਆ ਥੱਲੇ ਲੱਗਦਾ ਮੈਨੂੰ, ਐਲਾ ਜਿਵੇਂ ਖਰਾਬ ਹੋ ਜੂ, ਪਰ ਵੈਸੇ ਤਾਂ ਵਧੀਆ ਗੱਲ ਹੈ ਥੱਲੇ ਲੱਗਦਾ ਵੀ ਆ ਇਹਨੂੰ ਕਿਹੜਾ ਇੰਜਨ ਕੁਛ ਹੋਣਾ ਖਰਾਬ ਆਪਣਾ, ਇਹ ਵੀ ਹੁੰਦਾ ਨਹੀਂ ਕਿਉਂਕਿ ਕਾਫੀ ਜ਼ਿਆਦਾ ਵਧੀਆ ਕੁਆਲਿਟੀ ਦਾ ਹੈ। ਪਰ ਦੇਖੋ ਚੀਜ਼ਾਂ ਦਾ ਚੀਜ਼ ਤਾਂ ਵਧੀਆ, ਪਰ ਤੁਹਾਨੂੰ ਪਤਾ ਹੀ ਆ ਨੁਕਸਾਨ ਜਿਹੜਾ ਹੈਗਾ ਥੱਲੇ ਘਿਸਰ ਦਾ ਉਹਨੂੰ ਆਪਾਂ ਇਗਨੋਰ ਕਰ ਸਕਦੇ ਹਾਂ, ਕਿਉਂਕਿ ਆਪਾਂ ਨੂੰ ਬਚਾਉਣ ਦਾ ਇਹ ਘਿਸਰ ਦਾ ਵੀ ਆ, ਕੋਈ ਚੱਕਰ ਨਹੀਂ, ਕਿਉਂਕਿ ਜੇ ਵੱਧ ਡੂੰਘਾ ਵੱਜੂਗਾ ਤਾਂ ਆਪਣੇ ਇੰਜਨ ਨੂੰ ਡੈਮੇਜ ਹੋਊ, ਜੇ ਨਹੀਂ ਲੱਗਿਆ ਹੋਊ ਅਤੇ ਨਹੀਂ ਤਾਂ ਫਿਰ ਕੋਈ ਚੱਕਰ ਨਹੀਂ। ਅਤੇ ਪਰ ਇਹਦਾ ਜਿਹੜੀ ਮੈਨੂੰ ਇੱਕ ਗੱਲ ਮਾੜੀ ਲੱਗੀ ਜਿਹੜੀ ਉਹ ਹੈਗਾ ਇਹਦਾ ਪ੍ਰਾਈਜ਼, 2600 ਰੁਪਏ ਮੈਨੂੰ ਕੋਈ ਜ਼ਿਆਦਾ ਨਹੀਂ ਲੱਗਦਾ ਇਹਦਾ ਪ੍ਰਾਈਜ਼, ਤੁਹਾਨੂੰ ਦੱਸੋ ਠੀਕ ਆ 2600 ਰੁਪਈਆ ਦਾ ਪ੍ਰਾਈਜ਼ ਕਿਵੇਂ ਲੱਗਿਆ? ਅਤੇ ਉਹ 2600 ਮੇਰਾ ਬੁਲਟ ਤੁਹਾਨੂੰ ਦੱਸਿਆ ਮੈਂ 1,67,000 ਰੁਪਈਏ ਦਾ, ਉਹ ਆ 2600 ਰੁਪਇਆ ਵਿੱਚ ਐਡਡ ਆ ਇਹਦੇ, ਜੇ ਆਪਾਂ ਇਹਨੂੰ ਵੀ ਕੱਢ ਦਈਏ ਤਾਂ ਉਹ ਘੱਟ ਜੂਗਾ, ਜਾਣੀ ਕਿ ਆਪਣੇ 1,67,000 ਤੋਂ ਆਪਣਾ ਹੋ ਜੂਗਾ ਉਹ 1,00,000 ਅਤੇ 163 ਕੁਛ ਦਾ ਪੈ ਜੂਗਾ, ਜਾਣੀ ਆਪਣਾ ਬੁਲਟ ਦੇਖੋ ਫਰਕ ਪੈਂਦਾ ਸੀ ਜਾਣੀ। ਚਲੋ ਤੁਹਾਡੀ ਆਪ ਚਲੋ ਠੀਕ ਆ, ਆਪਣੀ ਵਧੀਆ ਗੱਲ ਆ ਚੱਲੇ ਜਿਹੜੀ ਮਿਲ ਗਈ ਮੈਨੂੰ ਤਾਂ ਕਰਕੇ। ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਠੀਕ ਆ ਵੀ ਤੁਹਾਨੂੰ ਇਹਦੀ ਲੋੜ ਹੈਗੀ ਹੈ, ਤੁਸੀਂ ਲਵਾਉਣਾ ਚਾਹੁੰਦੇ ਹੋ ਮੈਨੂੰ, ਕਿਉਂਕਿ ਕਾਫੀ ਜ਼ਿਆਦਾ ਮੈਨੂੰ ਲੱਗਿਆ ਨਹੀਂ ਸੀ ਇਹਦੀ ਇੰਨੀ ਜ਼ਿਆਦਾ ਡਿਮਾਂਡ ਹੋਊ, ਪਰ ਮੈਨੂੰ ਇੰਸਟਾਗ੍ਰਾਮ 'ਤੇ ਬਹੁਤ ਮੈਸੇਜ ਆਉਂਦੇ ਨੇ ਬਾਈ ਇਹ ਕਿੰਨੇ ਦਾ ਲਵਾਇਆ, ਕਿੱਥੋਂ ਲਵਾਇਆ, ਅਤੇ ਤਾਂ ਕਰਕੇ ਮੈਂ ਇੱਕ ਕਲੀਅਰ ਵੀਡੀਓ ਬਣਾਤੀ, ਮੈਂ ਕਿਹਾ ਚੱਲ ਤੁਹਾਨੂੰ ਪਤਾ ਲੱਗ ਜਾਵੇ। ਅਤੇ ਬਾਕੀ ਹੋਰ ਤਾਂ ਕੁਛ ਨਹੀਂ ਦੱਸਣਾ ਸੀ ਅੱਜ ਵੀਡੀਓ ਆਹੀ, ਅਤੇ ਅਗਲੀ ਵੀਡੀਓ ਬੜੀ ਖਤਰਨਾਕ ਆ ਸਕਦੀ ਹੈ ਮੈਨੂੰ ਲੱਗ ਰਿਹਾ ਐਵੇਂ। ਅਤੇ ਬਾਕੀ ਤੁਸੀਂ ਦੇਖਾਂਗੇ ਆਪਾਂ ਬੁਲਟ 'ਤੇ ਲਿਆਈ ਜਾਵਾਂਗੇ, ਬੁਲਟ 'ਤੇ ਲੈ ਕੇ ਆਵਾਂਗੇ ਸ਼ਾਇਦ। ਬਾਕੀ ਹੋਰ ਗੱਲਾਂ ਛੱਡੋ, ਤੁਹਾਨੂੰ ਮੈਂ ਇੱਕ ਹੋਰ ਨੁਕਸਾਨ ਵਾਲੀ ਗੱਲ ਦੱਸਦਾ। ਦੇਖੋ ਦੇਖੋ ਜਦੋਂ ਉਹਨੂੰ ਔਨ ਕਰਦਾ ਨਾ ਮੈਂ, ਦੇਖੋ ਦੇਖੋ ਦੋ ਵਾਰ ਕਹਿਤਾ, ਅਤੇ ਦੇਖੋ ਮੈਂ ਸਟਾਰਟ ਕਰਦਾ, ਅਤੇ ਉਹ ਦੋਨੋਂ ਠੀਕ ਹੋ ਗਈਆਂ। ਇਹ ਤੂੰ ਦੇ ਨਾਲ ਸੀ ਨਾ ਮੇਰੇ, ਆਹ ਦੇਖੋ ਬਾਈ ਆਹ ਲਾਈਟ ਜਿਹੜੀ ਖਰਾਬ ਹੋ ਗਈ ਸੀ ਆਹ ਵੀ, ਫਿਰ ਆਹ ਤਾਂ ਚੱਲਦੀ ਸੀਗੀ। ਉਦਣ ਮੇਰੇ ਨਾਲ ਆਹ ਮੁੰਡਾ ਹੈਗਾ ਸੀ, ਤੁਹਾਨੂੰ ਮੂੰਹ ਨਹੀਂ ਦਿਖਾਉਣਾ ਇਹਦਾ, ਪਰ ਉਦਣ ਜਦੋਂ ਅਸੀਂ ਬੈਂਡ ਚੇਂਜ ਕਰਿਆ ਸੀ ਪਰ ਤੁਹਾਨੂੰ ਮੈਂ ਵੀਡੀਓ ਨਹੀਂ ਸੀ ਬਣਾਈ, ਜਦੋਂ ਮੈਂ ਉਹ ਕਰਿਆ ਸੀ ਨਾ ਮੈਂ ਦੂਜੇ ਬੈਂਡ ਰੱਖਿਆ ਸੀ ਆਹ ਚੱਕ ਲਿਆ ਸੀ, ਉਦੋਂ ਜਦੋਂ ਮੈਂ ਸੀ ਬੈਂਡ ਦੁਬਾਰਾ ਲਗਾਇਆ ਨਾ ਉਦੋਂ ਮੈਂ ਦੇਖਿਆ ਜੀ ਆਹ ਵਾਲੀ ਲਾਈਟ ਹੈ ਜੀ ਇਹ ਜਿਵੇਂ ਮਾੜੀ ਜਗਦੀ ਤੀ ਆ, ਜਗ ਕੇ ਖਰਾਬ ਹੋ ਗਈ ਬੰਦ ਹੋ ਗਈ, ਫਿਰ ਮਾੜੀ ਜਗ ਕੇ ਖਰਾਬ ਹੋ ਗਈ ਬੰਦ ਹੋ ਗਈ, ਫਿਰ ਉੱਥੇ ਖੜੇ ਗਈ ਤੀ ਇਹ ਖਰਾਬ ਹੋ ਗਈ ਸੀਗੀ। ਅਤੇ ਅੱਜ ਕਿਵੇਂ ਚੱਲ ਵੀ ਮੈਂ ਸੋਚ ਰਿਹਾ ਵੀ 25 ਰੁਪਏ ਲਾਉਣੇ ਬੈਣ ਗੇੜੇ 'ਤੇ, ਪਰ ਇਹ ਆਪਣੇ ਆਪ ਠੀਕ ਹੋ ਗਈ। ਉਹ ਵਧੀਆ ਬਾਈ ਸ਼ਾਬਾਸ਼ ਸ਼ਾਬਾਸ਼ ਸਟਾਰਟ, ਮੈਂ ਹੈਰਾਨ ਆ ਯਾਰ ਇਹ ਕਿਵੇਂ। ਉਹ ਹਾਂ ਜਾਂ ਫਿਰ ਐਂ ਹੋ ਸਕਦਾ ਵੀ ਜਦੋਂ ਅਸੀਂ ਬੈਣ ਇਹ ਅਸੀਂ ਤਾਂ ਕੀਤਾ ਤਾਂ ਸਟਾਰਟ ਕੀਤਾ ਸੀਗਾ ਉਦੋਂ, ਮੈਨੂੰ ਕਿਉਂਕਿ ਚੱਲਦੇ ਤਾਂ ਪਤਾ ਹੀ ਨਹੀਂ ਲੱਗਦਾ ਵੀ ਇਹ ਲਾਈਟ ਜਗਦੀ ਹੈ ਕਿ ਨਹੀਂ ਆਉਂਦੀ ਆ। ਜਦੋਂ ਮੈਂ ਸਟਾਰਟ ਕੀਤਾ ਉਸ ਆਹ ਬੈਂਡ ਪਾਇਆ ਸੀ ਨਾ ਉਹ ਚੈੱਕ ਕਰਦੇ ਵੀ ਲੀਕੇਜ ਵਗੈਰਾ ਤਾਂ ਨਹੀਂ ਕਿਤੇ, ਜਦੋਂ ਸਟਾਰਟ ਕੀਤਾ ਉਦੋਂ ਆ ਖਰਾਬ ਆਏ, ਅਤੇ ਉਦੋਂ ਮੈਂ ਨਾ ਆਹ ਆਕਸੀਜਨ ਸੈਂਸਰ ਹੁੰਦਾ ਜਿਹੜਾ ਉਹਦੇ ਪਲੱਗ ਨਹੀਂ ਸੀ ਕੀਤਾ ਹੋਇਆ, ਅਤੇ ਤਾਂ ਕਰਕੇ ਸ਼ਾਇਦ ਹੋ ਗਿਆ ਹੋਵੇ, ਬਾਕੀ ਪਤਾ ਨਹੀਂ। ਪਰ ਪਤਾ ਨਹੀਂ ਉਦੋਂ ਚੱਲਦੀ ਨਹੀਂ ਸੀਗੀ, ਮੈਂ ਕਿਹਾ ਹੁਣ ਨਵਾਰੇ ਪਾਉਣੀ ਪਊ, ਇੱਧਰ ਹੀ ਤਾਂ ਠੀਕ ਚੱਲਦੀ ਸੀ, ਇੱਧਰ ਹੀ ਤਾਂ ਮੈਂ ਠੀਕ ਲੱਗੀ ਆ, ਇੱਧਰ ਜਾਣੀ ਐਂ ਜਗ ਬੋ ਜਿਵੇਂ ਫਿਊਜ਼ ਨਹੀਂ ਹੋ ਗਈ ਹੁੰਦੀ ਐਵੇਂ ਹੋ ਗਈ ਸੀਗੀ, ਪਰ ਅੱਜ ਮੈਂ ਉੱਧਰ ਦੀ ਅੱਜ ਦੇਖੀ ਆ ਚੱਲਦੀ ਆ ਚੰਗੀ ਭਲੀ, ਅਤੇ ਬਹੁਤ ਵਧੀਆ ਗੱਲ ਹੈ ਜਿਹੜੀ ਇਹਦੇ 'ਚ ਆਪਣੇ ਆਪ ਚੱਲ ਗਈ। ਅਤੇ ਅੱਜ ਦੀ ਵੀਡੀਓ ਬਸ ਉਰੇ ਤੱਕ ਹੀ, ਨਹੀਂ ਤਾਂ ਮੈਨੂੰ ਹੁਣ ਪਾਉਣ ਜਾਣਾ ਸੀ ਲਾਈਟ। ਅਤੇ ਅੱਜ ਦੀ ਵੀਡੀਓ ਬਸ ਉਰੇ ਤੱਕ ਹੀ, ਜੇ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਦਿਓ, ਜੇ ਨਹੀਂ ਵਧੀਆ ਲੱਗੀ ਤਾਂ ਡਿਸਲਾਈਕ ਕਰ ਸਕਦੇ ਹੋ। ਅਤੇ ਮਿਲਦੇ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਵਿੱਚ, ਤੁਸੀਂ ਇੰਸਟਾਗ੍ਰਾਮ 'ਤੇ ਮੈਨੂੰ ਫੋਲੋ ਕਰ ਸਕਦੇ ਹੋ, ਅਤੇ ਬਸ ਬਸ ਇੰਨਾ ਕਿ ਖਤਮ।